ਆਈਸੀਯੂ ਦੇ ਬੈੱਡ ਤੇ ਪਿਆ ਹੋਇਆ ਇਹ ਨੌਜਵਾਨ ਜਿਸ ਦੀ ਕੁੱਟਮਾਰ ਨਿਹੰਗ ਸਿੰਘਾਂ ਦੇ ਵੱਲੋਂ ਕੀਤੀ ਗਈ ਹੈ। ਇਸ ਨੌਜਵਾਨ ਦੀ ਗਲਤੀ ਬਸ ਇੰਨੀ ਕੁ ਸੀ ਕਿ ਨੰਗੇ ਸਿਰ ਲੰਗਰ ਹਾਲ ਦੇ ਵਿੱਚ ਆ ਗਿਆ। ਨਿਹੰਗ ਸਿੰਘਾਂ ਦੇ ਵੱਲੋਂ ਇਸ ਨੂੰ ਰੋਕ ਕੇ ਸਮਝਾਇਆ ਵੀ ਜਾ ਸਕਦਾ ਸੀ, ਪਰ ਨਹੀਂ, ਕੁਝ ਨਿਹੰਗ ਸਿੰਘਾਂ ਨੇ ਮਿਲ ਕੇ ਇਸ ਦੀ ਕੁੱਟਮਾਰ ਕੀਤੀ, ਗੰਡਾਸਿਆਂ ਦੇ ਨਾਲ ਇਸ 'ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਇਸ ਦਾ ਇਹ ਹਾਲ ਹੋ ਗਿਆ। ਇਹ ਆਈਸੀਯੂ ਦੇ ਵਿੱਚ ਮਸਾਂ ਬਚਿਆ ਇਹ ਮੁੰਡਾ, ਤਾਂ ਲੰਗਰ ਹਾਲ 'ਚ ਨੰਗੇ ਸਿਰ ਵੜਨ ਕਰਕੇ ਮੁੰਡੇ ਦੀ ਬੁਰੀ ਤਰੀਕੇ ਦੇ ਨਾਲ ਨਿਹੰਗ ਸਿੰਘਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਪਰਿਵਾਰ ਇਨਸਾਫ ਮੰਗ ਰਿਹਾ ਹੈ, SGPC ਮਾਮਲੇ 'ਚ ਜਾਂਚ ਕਰੇ। ਪਰਿਵਾਰ ਦੀ ਇਹ ਮੰਗ ਹੈ ਕਿ ਨਿਹੰਗ ਸਿੰਘਾਂ ਦੇ ਕੋਲ ਇੰਝ ਸਜ਼ਾ ਦੇਣ ਦਾ ਅਧਿਕਾਰ ਹੈ। ਇਹ ਸਵਾਲ ਪਰਿਵਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਜੇਕਰ ਮੁੰਡੇ ਨੇ ਕੋਈ ਗਲਤੀ ਕੀਤੀ ਸੀ, ਉਸਨੇ ਸਿਰ ਨਹੀਂ ਸੀ ਢੱਕਿਆ ਅਤੇ ਉਸਨੂੰ ਸਮਝਾਇਆ ਵੀ ਜਾ ਸਕਦਾ ਸੀ। ਮੁੰਡਾ ਇੰਨਾ ਨਿਆਣਾ ਵੀ ਨਹੀਂ ਕਿ ਨਿਹੰਗ ਸਿੰਘਾਂ ਦੀ ਗੱਲ ਨਾ ਮੰਨਦਾ, ਪਰ ਨਿਹੰਗ ਸਿੰਘਾਂ ਨੇ ਇਸ ਦੇ ਉਲਟ ਆਪਣਾ ਰੋਸ ਦਿਖਾਉਂਦੇ ਹੋਏ, ਜੋਸ਼ ਦਿਖਾਉਂਦੇ ਹੋਏ ਇਸ ਨੌਜਵਾਨ ਨਿਹੱਤੇ 'ਤੇ ਹਮਲਾ ਕਰ ਦਿੱਤਾ। ਕਹਿੰਦੇ ਨੇ ਕਿ ਨਿਹੰਗ ਸਿੰਘ ਕਦੇ ਵੀ ਨਿਹੱਤੇ 'ਤੇ ਵਾਰ ਨਹੀਂ ਕਰਦੇ, ਪਰ ਇਹ ਤਸਵੀਰਾਂ ਤਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਨੇ। ਦੇਖੋ ਕਿਵੇਂ ਮੁੰਡੇ ਦਾ ਕੁੱਟ ਕੁੱਟ ਕੇ ਕੀ ਹਾਲ ਕਰ ਦਿੱਤਾ ਹੈ। ਹਾਲਾਂਕਿ ਹੁਣ ਤੱਕ ਨਿਹੰਗ ਸਿੰਘਾਂ ਦੇ ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਉਹਨਾਂ ਦੇ ਵੱਲੋਂ ਪੱਖ ਨਹੀਂ ਰੱਖਿਆ ਗਿਆ, ਪਰ ਪਰਿਵਾਰ ਤਾਂ ਪੂਰੀ ਜ਼ੋਰ ਸ਼ੋਰ ਦੇ ਨਾਲ ਇਲਜ਼ਾਮ ਲਗਾ ਰਿਹਾ ਹੈ ਨਿਹੰਗ ਸਿੰਘਾਂ 'ਤੇ ਕਿ ਨਿਹੰਗ ਸਿੰਘਾਂ ਨੇ ਇਸ ਨੌਜਵਾਨ ਦੇ ਨਾਲ ਬਹੁਤ ਮਾੜੀ ਕੀਤੀ ਹੈ, ਕਿ ਜੇਕਰ ਇਸ ਨੇ ਸਿਰ ਨਹੀਂ ਸੀ ਟਕਿਆ ਤਾਂ ਇਸ ਨੂੰ ਸਮਝਾਇਆ ਵੀ ਜਾ ਸਕਦਾ ਸੀ, ਇਸ ਨਾਲ ਕੁੱਟ ਕੁੱਟ ਕੇ ਇੰਨਾ ਬੁਰਾ ਹਾਲ ਕਰਨ ਦੀ ਕੀ ਲੋੜ ਸੀ। ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤੀ ਰੱਖਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ। ਆਓ ਪਰਿਵਾਰ ਦਾ ਕੀ ਕਹਿਣਾ ਹੈ ਅਤੇ ਮੁੰਡੇ ਤੋਂ ਸੁਣਦੇ ਹਾਂ ਕਿ ਆਖਿਰਕਾਰ ਐਸੀ ਕੀ ਗੱਲ ਹੋ ਗਈ ਸੀ ਕਿ ਨਿਹੰਗ ਸਿੰਘਾਂ ਨੇ ਉਸਨੂੰ ਇੰਨੀ ਬੁਰੀ ਤਰੀਕੇ ਦੇ ਨਾਲ ਕੁੱਟਿਆ। ਗੱਲਬਾਤ ਭਾਅ ਜੀ, ਮੈਂ ਨਾ ਕੱਲ੍ਹ ਮੇਲਾ ਸੀ ਆਪਣੇ ਭਾਈ ਮਨ ਸਾਹਿਬ ਗੁਰਦੁਆਰੇ ਮੇਲਾ ਸੀ, ਅਤੇ ਮੈਂ ਰਾਤ ਨੂੰ ਨਾ ਲੰਗਰ ਹਾਲ ਦੇ ਵਿੱਚ ਨਾ ਉੱਥੇ ਮੈਂ ਬੈਠਾ ਲੰਗਰ ਖਾਣ ਵਾਸਤੇ, ਅਤੇ ਉਹ ਇੱਕ ਸੇਵਾਦਾਰ ਸੀ ਉਹਨਾਂ ਦਾ, ਸਿਰਫ ਹੈੱਡ ਕਵਰ ਨਹੀਂ ਕੀਤਾ ਅਤੇ ਮੈਨੂੰ ਨਾ ਗਾਲ ਕੱਢ ਕੇ ਕਹਿੰਦਾ ਵੀ ਕੀ ਗੱਲ ਤੇਰੇ ਕੋਲ ਸਿਰ ਨਹੀਂ ਢਕਿਆ ਜਾਂਦਾ। ਮੈਂ ਕਿਹਾ ਵੀਰ ਜੀ ਇਹ ਮੁੜੀ ਗੱਲ ਤੁਸੀਂ ਪਿਆਰ ਨਾਲ ਵੀ ਕਹਿ ਸਕਦੇ ਜੇ, ਬਸ ਇੰਨੀ ਗੱਲ ਹੋਈ ਆ। ਉਹਨੇ ਮਤਲਬ ਬਾਲਟੀ ਥੱਲੇ ਰੱਖ ਕੇ ਨਾ ਮੇਰੇ 'ਤੇ ਹਮਲਾ ਕਰਤਾ ਉਹਨੇ, ਠੀਕ ਆ। ਫਿਰ ਚਲੋ ਲੋਕਾਂ ਨੇ ਛੁਡਾ ਦਿੱਤਾ, ਫਿਰ ਥੋੜ੍ਹਾ ਜਿਹਾ ਮੈਂ ਅੱਗੇ ਗਿਆ, ਮਤਲਬ ਆਪਣਾ ਮੇਰੇ ਇੱਥੇ ਇਹਨੇ ਕੜੇ ਮਾਰੇ ਪਹਿਲਾਂ ਸਿਰ 'ਤੇ, ਠੀਕ ਆ। ਉਹ ਮੈਂ ਪਾਣੀ ਥੱਲੇ ਕਰਕੇ ਨਾ ਮੈਂ ਸਾਫ਼ ਕਰਨ ਗਿਆ, ਉਹਨੇ ਜਦੋਂ ਮਗਰੋਂ ਫਿਰ ਆ ਗਿਆ, ਫਿਰ ਇਹਨੇ ਲੈ ਕੇ ਨਾ ਡੰਡੇ ਉਹ ਡੰਡਾ ਲੈ ਕੇ ਨਾ ਉਹ ਮਾਰੇ ਇਹਨੇ। ਫਿਰ ਉਸ ਤੋਂ ਬਾਅਦ ਇਹ ਮਤਲਬ ਇਹਦੇ ਨਾਲ ਇੱਕ ਸਾਥੀ ਹੋਰ ਆ ਗਿਆ, ਉਹਨੇ ਕਿਰਪਾਨਾਂ ਨੇ ਮੇਰੇ 'ਤੇ ਮੂੰਹ 'ਤੇ ਵਾਰ ਕਰਨ ਲੱਗਿਆ, ਪਰ ਮੈਂ ਬਾਹਾਂ ਅੱਗੇ ਕਰਤੀਆਂ, ਨਹੀਂ ਤਾਂ ਉਹਨੇ ਮਾਰ ਦੇਣਾ ਸੀ ਉਹਨੇ। ਹਾਂਜੀ, ਮੈਂ ਤਾਂ ਇਕੱਲਾ ਹੀ ਹਾਂ ਭਾਅ ਜੀ, ਮੈਂ ਭਣੇਵੀ ਮੇਰੀ ਭਣੇਵੀ ਸੀ ਨਾਲ, ਅਤੇ ਇੱਕ ਮੇਰੇ ਮੰਮਾ ਬੈਠੇ ਸੀ ਮਗਰਲੇ ਪਾਸੇ, ਉਹ ਭਾਅ ਜੀ ਸੇਵਾ ਕਰਦਾ ਪਿਆ ਸੀ। ਉਹਦੇ ਨਾਲ ਇੱਕ ਮੁੰਡਾ ਵੀ ਜਿਹਨੇ ਕਿਰਪਾਨ ਮਾਰੀ ਹੈ ਨਾ ਉਹ ਆਇਆ ਸੀ, ਉਹਦਾ ਨਹੀਂ ਪਤਾ ਵੀ ਉਹਦਾ ਪਤਾ ਨਹੀਂ ਲੱਗਾ ਮੈਨੂੰ ਕਿੱਧਰੋਂ ਆਇਆ ਉਹ ਨਿਹੰਗ ਸਿੰਘ। ਹਾਂਜੀ ਜੀ, ਹਾਂਜੀ ਹਾਂਜੀ, ਲੰਗਰ ਹਾਲ ਦੇ ਵਿੱਚ ਨਹੀਂ ਭਾਅ ਜੀ। ਉਸ ਤੋਂ ਬਾਅਦ ਭਾਅ ਜੀ ਮੈਂ ਤਾਂ ਇੱਦਾਂ ਮਤਲਬ ਆ ਗਿਆ ਹਾਂ, ਠੀਕ ਆ, ਅਤੇ ਉਹ ਭਾਅ ਭਾਅ ਜੀ ਉਹਨਾਂ ਨੂੰ ਮੈਂ ਫੋਨ ਕੀਤਾ, ਮੇਰੀ ਭਣੇਵੀ ਨੇ ਉਹ ਲੈ ਕੇ ਆਏ ਮੈਨੂੰ। ਮੰਗ ਸਰਕਾਰ ਤੋਂ ਇਹ ਵੀ ਹੈ ਜੀ, ਜੋ ਵੀ ਆ ਵੀ ਜਾਇਜ਼ ਜਾਇਜ਼ ਹੋਵੇ ਸਾਰਾ ਕੁਛ। ਇਹ ਭਾਈ ਮਾਨ ਸਾਹਿਬ ਗੁਰਦੁਆਰੇ ਮੱਥਾ ਟੇਕਣ ਗਿਆ, ਹਾਂਜੀ, ਅਤੇ ਉਹ ਤੋਂ ਬਾਅਦ ਹੀ ਕਿਤੇ ਉੱਥੇ ਝਗੜਾ ਹੋਇਆ ਵਾ, ਅਤੇ ਮੈਂ ਤਾਂ ਘਰੇ ਸੀ ਆਪਣੇ, ਤਾਂ ਮੈਨੂੰ ਫੋਨ ਗਿਆ ਵਾ, ਅਤੇ ਬਾਅਦ 'ਚ ਉਸੇ ਵੇਲੇ ਮੁੰਡੇ ਨੂੰ ਮੈਂ ਚੁੱਕਿਆ ਵਾ। ਪਹਿਲਾਂ ਮੈਂ ਗਿਆ ਇੱਥੇ ਆਪਣਾ ਗੁਰੂ ਰਾਮਦਾਸ ਹੋਸਪਿਟਲ, ਉਹਨਾਂ ਮੈਨੂੰ ਜਵਾਬ ਦੇ ਦਿੱਤਾ, ਉਹ ਕਹਿੰਦੇ ਬੱਲੇ ਲੈ ਜਾਓ, ਬੱਲੇ ਵਾਲਿਆਂ ਕੋਲ ਵੀ ਇੰਨਾ ਟ੍ਰੀਟਮੈਂਟ ਹੈ ਨਹੀਂ ਗਾ, ਅਤੇ ਉਹਨਾਂ ਨੇ ਮੈਨੂੰ ਜਵਾਬ ਦੇ ਦਿੱਤਾ ਵਾ, ਅਤੇ ਬਾਅਦ 'ਚ ਮੈਂ ਇੱਥੇ ਪੁਲਿਸ ਦੇ ਵਿੱਚ ਲੈ ਕੇ ਆਇਆ ਵਾ। ਹਾਂਜੀ,
ਝਗੜਾ ਇਹੋ ਹੀ ਰੁਮਾਲ ਬੰਨਣ ਤੋਂ ਹੀ ਆਇਆ ਵਾ। ਹਾਂ ਮੇਰੇ ਹਿਸਾਬ ਨਾਲ ਜਾਂ ਉਹਨੇ ਗਾਲ ਕੱਢੀ ਆ, ਗਾਲ ਤੋਂ ਝਗੜਾ ਹੋਇਆ ਵਾ। ਇਹ ਹੁਣ ਮੈਨੂੰ ਇੰਨਾ ਨਹੀਂ ਪਤਾ ਹੈਗਾ ਭਾਅ ਜੀ, ਬਿਨਾਂ ਰੁਮਾਲ ਤੋਂ ਗਿਆ ਸੀ ਕਿ ਕਿਸ ਤਰ੍ਹਾਂ ਗਿਆ ਸੀ, ਪਰ ਉਹ ਇਹ ਦੱਸਦਾ ਮੁੰਡਾ ਦੱਸਦਾ ਕਿ ਮੈਨੂੰ ਉਹਨੇ ਕਿਹਾ ਵੀ ਰੁਮਾਲ ਬੰਨ ਲੈ ਸਿਰ 'ਤੇ, ਅਤੇ ਮੈਂ ਕਿਹਾ ਵੀਰ ਹੌਲੀ ਬੋਲਣ ਕੋਈ ਨਹੀਂ ਮੈਂ ਰੁਮਾਲ ਬੰਨ ਲੈਂਦਾ, ਬਸ ਇੰਨੀ ਗੱਲ ਹੋਈ ਹੈ, ਬਾਕੀ ਕੋਈ ਜ਼ਿਆਦਾ ਗੱਲ ਦਾ ਮੈਨੂੰ ਪਤਾ ਨਹੀਂ। ਗੁਰਦੁਆਰੇ ਦੇ ਅੰਦਰ ਹੀ ਹੋਈ ਹੈ ਲੰਗਰ ਹਾਲ ਦੇ ਵਿੱਚ, ਕੋਈ ਨਹੀਂ ਪਹੁੰਚਿਆ। ਉਹ ਦੱਸਦੇ ਚਾਰ ਪੰਜ ਜਣੇ ਹੈਗੇ ਸੀ, ਨਹੀਂ ਇੰਨਾ ਨਹੀਂ ਪਤਾ ਲੱਗਾ ਹਾਲੇ। ਇੱਕ ਨਿਹੰਗ ਸੀ ਕਹਿੰਦੇ, ਬਾਕੀ ਚਾਰ ਜਣੇ ਮੁੰਨੇ। ਹਾਂਜੀ ਪੁਲਿਸ ਕੰਪਲੇਂਟ ਕੀਤੀ ਆ ਮੌਕੇ 'ਤੇ। ਹਾਂਜੀ ਰਾਤੀ ਆਈ ਆ ਪੁਲਿਸ, ਬਿਆਨ ਬੁਨ ਲੈ ਗਈ ਬੰਦੇ ਦੇ ਸਾਰੇ। ਸੱਟ ਭਾਅ ਜੀ ਬਹੁਤ ਜ਼ਿਆਦਾ ਲੱਗੀ ਆ, ਦੋਵੇਂ ਬਾਹਾਂ ਜਿਹੜੀਆਂ ਬਿਲਕੁਲ ਹੀ ਫ੍ਰੈਕਚਰ ਹੋ ਗਈਆਂ ਵਾ, ਉਹਨਾਂ ਕਿਹਾ ਸਰਜਰੀ ਕਰਨੀ ਪੈਣੀ ਦੋਵਾਂ ਬਾਹਾਂ ਦੀ। ਸਾਡੇ ਕੋਲ 3 ਲੱਖ ਰੁਪਇਆ ਮੰਗਿਆ ਇਹਨਾਂ ਨੇ। ਨਹੀਂ ਕੁਵਾਰਾ ਵਾ, ਮੰਗ ਇਹੀ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਮੈਂ ਖੁਦ ਗਰੀਬ ਆਦਮੀ ਹਾਂ, ਮੈਂ ਕਿੱਥੋਂ ਪੈਸੇ ਲਾਵਾਂ, ਠੀਕ ਹੈ ਨਾ। ਇਹ ਹੁਣ ਮੈਨੂੰ ਇਹਨਾਂ ਦੇ ਪਤਾ ਨਹੀਂ ਜੇ ਭਾਅ ਜੀ, ਕਿਉਂਕਿ ਮੌਕੇ 'ਤੇ ਮੈਂ ਹੈਗਾ ਨਹੀਂ, ਠੀਕ ਹੈ ਨਾ। ਬਾਕੀ ਮੈਂ ਇਹੋ ਕਹਿੰਦਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ, ਕਿਉਂਕਿ ਮਾਂ ਪਿਓ ਇਹਦਾ ਵੇਖੋ ਜਾ ਕੇ ਕੀ ਹਾਲ, ਮਾਂ ਪਿਓ ਦੇ, ਮਾਂ ਦੇ ਵੀ ਧੱਕਾ ਮਾਰਿਆ ਵਾ ਰਾਤੀ ਉਹਨਾਂ ਨੇ, ਅਤੇ ਮਾਂ ਨੂੰ ਮਲਵਾਉਣ ਖੜਿਆ, ਮਾਂ ਦੇ ਚੂੰੜੇ 'ਤੇ ਵੀ ਸੱਟ ਲੱਗੀ ਆ। ਕੱਲ੍ਹ ਅਸੀਂ ਤਾਂ ਇੱਥੇ ਪ੍ਰਬੰਧਕ ਸਾਡਾ ਇੱਥੇ ਪ੍ਰੋਗਰਾਮ ਚੱਲ ਰਿਹਾ ਸੀਗਾ, ਅਸੀਂ ਤਾਂ ਗੁਰਦੁਆਰਾ ਸਾਹਿਬ ਵਿਖੇ ਹਾਂ। ਲੰਗਰ ਹਾਲ ਦੇ ਵਿੱਚ ਦੋਨੇ ਹੀ ਸੱਜਣ ਜਿਹਨਾਂ ਦੀ ਲੜਾਈ ਹੋਈ ਆ ਉਹ ਹੈ ਬਾਹਰੋਂ ਸੀਗੇ, ਇੱਕ ਨਿਹੰਗ ਸਿੰਘ ਸੀਗਾ, ਇੱਕ ਦੂਸਰਾ ਮੁੰਡਾ ਸੀ ਜੋ ਉਸ ਵੇਲੇ ਪ੍ਰਸ਼ਾਦਾ ਸ਼ਗਨ ਲੱਗਾ ਸੀ, ਪਰ ਉਹਦੇ ਸਿਰ 'ਤੇ ਰੁਮਾਲ ਨਹੀਂ ਸੀਗੀ, ਜਿਸ ਤੋਂ ਇਹ ਗੱਲ ਵਧੀ ਔਰ ਤੂਤੂ ਮਹਿਮਦ ਤੋਂ ਹੁੰਦੇ ਹੁੰਦੇ ਇਹ ਆਪਸੀ ਝਗੜ ਪਏ ਨੇ। ਸੋ ਹੈ ਤਾਂ ਬਹੁਤ ਮਾੜੀ ਗੱਲ ਆ, ਬੱਚਾ ਨੂੰ ਸੱਟ ਲੱਗੀ ਆ, ਕਿਸੇ ਦਾ ਵੀ ਬੱਚਾ ਹੋਵੇ ਹੈ ਤਾਂ ਗਲਤ ਆ, ਉਸ ਤਰ੍ਹਾਂ ਪ੍ਰੇਮ ਨਾਲ ਸਮਝਾਇਆ ਜਾ ਸਕਦਾ ਹੈ, ਪਰ ਉਸ ਪ੍ਰਾਣੀ ਦੀ ਗਲਤੀ ਹੈ ਜਿਸ ਨੇ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ। ਅਸੀਂ ਫਰਿਆਦ ਕਰਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਨੂੰ ਲੰਬੀ ਆਰਜੂ ਬਖਸ਼ੇ। ਸੋ ਇਹੋ ਜਿਹੇ ਕੰਮ ਗੁਰਦੁਆਰਿਆਂ 'ਚ ਨਹੀਂ ਹੋਣੇ ਚਾਹੀਦੇ, ਪ੍ਰੇਮ ਪਿਆਰ ਨਾਲ ਕੰਮ ਹੋਣਾ ਚਾਹੀਦਾ ਹੈ, ਇਸ ਗੱਲ ਦੀ ਸਾਨੂੰ ਖੇਦ ਹੈ, ਔਰ ਅਗਾਂਹ ਤੋਂ ਇਸ ਚੀਜ਼ ਨੂੰ ਅਸੀਂ ਮੁੱਖ ਰੱਖਦੇ ਹੋਏ ਹੋਰ ਵੀ ਅੱਛੇ ਪ੍ਰਬੰਧ ਕਰਾਂਗੇ। ਇਸ ਤੋਂ ਪਹਿਲਾਂ ਇਹੋ ਜਿਹੀ ਕਦੀ ਵੀ ਕੋਈ ਗੱਲ ਨਹੀਂ ਹੋਈ, ਬਿਲਕੁਲ ਜੀ ਬਿਲਕੁਲ, ਸ਼ਖਸ ਨਿਖੇਧੀ ਵੀ ਕਰਦੇ ਹਾਂ, ਔਰ ਇਸ ਚੀਜ਼ ਨਾਲ ਕੌਮ ਦੀ ਬਦਨਾਮੀ ਹੁੰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਐਸੇ ਬਾਣੇ ਦੇ ਵਿੱਚ ਇਸ ਤਰ੍ਹਾਂ ਦਾ ਰੂਪ ਨਾ ਧਾਰਿਆ ਕਰ ਕੀਤਾ ਜਾਵੇ ਕਿ ਕਿਸੇ ਦੀ ਜਾਨ ਚਲੀ ਜਾਵੇ। ਸਾਡੇ ਸਗੋਂ ਸੇਵਾਦਾਰਾਂ ਨੇ ਉਹਨੂੰ ਮਤਲਬ ਕਿ ਰੋਕਿਆ ਔਰ ਉੱਥੋਂ ਛਡਾਇਆ, ਔਰ ਛਡਾਉਣ ਤੋਂ ਬਾਅਦ ਨਿਹੰਗ ਸਿੰਘ ਨਾਲ ਕੁੱਟਮਾਰ ਵੀ ਹੋਈ ਹੈ, ਜਿੱਥੋਂ ਉਹ ਆਪਣਾ ਪੱਲਾ ਛਡਾ ਕੇ ਭੱਜਣ ਦੀ ਕੋਸ਼ਿਸ਼ ਕਰਕੇ ਸਫਲ ਹੋ ਗਿਆ।